ਅੱਜ ਅਸੀਂ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ ਵਿਖੇ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਡਾਇਲਸਿਸ ਦੀ, ਅਤੇ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਜਿਹੜਾ ਹੋਸਪਿਟਲ ਹੈ 3 ਮਸ਼ੀਨ ਪਹਿਲਾਂ ਚੱਲਦੀਆਂ ਨੇ ਗੌਰਮੈਂਟ ਵੱਲੋਂ। ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਸਾਹਿਬ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਵਿੱਚ ਮੈਂ ਮਹਿਸੂਸ ਕਰ ਰਿਹਾ ਸਾਡੇ ਐਮ ਐਲ ਏ ਸਾਹਿਬ ਲਖਬੀਰ ਸਿੰਘ ਜੀ ਰਾਜ ਜੀ ਦੀ ਰਹਿਨੁਮਾਈ ਦੇ ਅੰਦਰ, ਉਹਨਾਂ ਦੀ ਛਤਰਛਾਹ ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੁੰਦੇ ਨੇ। ਅੱਜ ਅਸੀਂ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ ਵਿਖੇ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਡਾਇਲਸਿਸ ਦੀ, ਅਤੇ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਜਿਹੜਾ ਹੋਸਪਿਟਲ ਹੈ 3 ਮਸ਼ੀਨ ਪਹਿਲਾਂ ਚੱਲਦੀਆਂ ਨੇ ਗੌਰਮੈਂਟ ਵੱਲੋਂ, ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ, ਬੈਂਕ ਨੂੰ ਬੇਨਤੀ ਕੀਤੀ ਸੀ। ਅੱਜ ਕੋਟੈਕ ਬੈਂਕ ਵੱਲੋਂ ਵਜ਼ੀਰਾਬਾਦ ਜਿਹੜਾ ਸਾਡਾ ਸਰਪੰਚ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਮਸ਼ੀਨ ਡਾਇਲਸਿਸ ਦੀ ਅੱਜ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ, ਜਿਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ। ਔਰ ਜਿਹੜੀ ਇਹ ਡਾਇਲਸਿਸ ਦੀ ਮਸ਼ੀਨ ਅੱਜ ਇੰਸਟਾਲ ਕੀਤੀ ਗਈ ਹੈ, ਇਹਦੇ ਜਿਹੜੀ ਦੂਜੀਆਂ ਮਸ਼ੀਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਫੀਚਰ ਨੇ, ਉਹ ਐਸ ਐਮ ਓ ਸਾਹਿਬ ਦੱਸਣਗੇ। ਔਰ ਅਸੀਂ ਇੱਕ ਹੋਰ ਡਾਇਲਸਿਸ ਦੀ ਮਸ਼ੀਨ ਛੇਤੀ ਇੱਥੇ ਇੰਸਟਾਲ ਕਰਾਂਗੇ। ਸਾਡਾ ਇਹ ਸਾਰਾ ਪੰਜਾਬ ਸਰਕਾਰ ਦਾ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੋਕਾਂ ਨਾਲ ਵਾਅਦਾ ਹੈ ਕਿ ਸਾਰੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਨੇ, ਫ੍ਰੀ ਦੇਣੀਆਂ ਨੇ, ਕਿਉਂਕਿ ਜੇ ਬਾਹਰ ਕਿਤੇ ਡਾਇਲਸਿਸ ਕਰਾਉਣੇ ਕੋਈ 15,000, 1500, ਕੋਈ 2,000, ਕੋਈ 2500 ਡਾਇਲਸਿਸ ਇੱਕ ਦਿਨ ਛੱਡ ਕੇ ਕਰਾਉਣਾ ਪੈਂਦਾ। ਇਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੋੜ ਸੀ ਮਸ਼ੀਨਾਂ ਦੀ, ਸੋ ਅਸੀਂ ਕੀ ਕਰਕੇ ਇੱਥੇ ਪੂਰਾ ਕਰਾਂਗੇ। ਔਰ ਅਸੀਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਕਿ ਜਿਹੜੇ ਵਿਸ਼ਵਾਸਾਂ ਨਾਲ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ ਹੈ, ਅਸੀਂ ਤੁਹਾਡੀ ਉਮੀਦਾਂ ਤੇ ਪੂਰਾ ਉਤਰਾਂਗੇ। ਔਰ ਜੋ ਪੰਜਾਬ ਸਰਕਾਰ ਦਾ ਏਜੰਡਾ ਹੈ ਸਿਹਤ ਅਤੇ ਐਜੂਕੇਸ਼ਨ, ਉਹ ਤੇ ਅਸੀਂ ਪੂਰਾ ਕੰਮ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਇੰਪਰੂਵਮੈਂਟ ਦਿਖੂਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦੱਸ। ਇੱਕ ਵੈਂਟੀਲੇਟਰ ਮਸ਼ੀਨਾਂ ਦੀ ਗੱਲ ਹੋਈ ਸੀ ਪਿੱਛੇ ਵੀ, ਉਹ ਕਿਆ ਪੋਜੀਸ਼ਨ ਆ ਕਿੱਥੇ ਪਹੁੰਚੀਆਂ? ਜਿਹੜੀ ਵੈਂਟੀਲੇਟਰ ਮਸ਼ੀਨਾਂ ਦੀ ਉਹਨਾਂ ਨੇ ਕਿਹਾ ਤਾਂ ਕਿ ਸਾਤੋਂ ਲੈ ਜਾਓ, ਪਰ ਆਪਾਂ ਇੱਥੇ ਜਿਹੜਾ ICU ਹੈ ਜਿਹੜਾ ਉਹ ਛੇਤੀ ਹੋ ਜੂਗਾ, ਮੇਰੀ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹ ਤੋਂ ਬਾਅਦ ਆਪਾਂ ਵੈਂਟੀਲੇਟਰ ਜਿਹੜੀ ਮਸ਼ੀਨ ਉੱਥੇ ਦਿੱਤੀ ਹੈ ਉਹਨਾਂ ਨਾਲ ਗੱਲ ਹੋਊਗੀ, ਇੱਥੇ ਆਪਾਂ ਇੰਸਟਾਲ ਕਰਾਂਗੇ। ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਸਾਹਿਬ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਵਿੱਚ ਮੈਂ ਮਹਿਸੂਸ ਕਰ ਰਿਹਾ ਸਾਡੇ ਐਮ ਐਲ ਏ ਸਾਹਿਬ ਲਖਬੀਰ ਸਿੰਘ ਜੀ ਰਾਜ ਜੀ ਦੀ ਰਹਿਨੁਮਾਈ ਦੇ ਅੰਦਰ, ਉਹਨਾਂ ਦੀ ਛਤਰਛਾਹ ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੁੰਦੇ ਨੇ। ਅੱਜ ਜਿਹੜੀ ਡਾਇਲਸਿਸ ਦੀ ਮਸ਼ੀਨ ਕੋਟਕ ਮਹਿੰਦਰਾ ਬੈਂਕ ਵੱਲੋਂ ਇੱਥੇ ਡੋਨੇਟ ਕੀਤੀ ਗਈ ਹੈ, ਇਹ ਬਹੁਤ ਹੀ ਐਡਵਾਂਸ ਕਿਸਮ ਦੀ ਮਸ਼ੀਨ ਹੈ, ਜਿਹੜੀ ਕਿ ਸਾਡੇ ਕੋਲ ਪਹਿਲਾਂ ਲੱਗੀਆਂ ਮਸ਼ੀਨਾਂ ਨਾਲ ਕੁਛ ਐਡੀਸ਼ਨਲ ਫੀਚਰ, ਜਿਵੇਂ ਕਿ ਸੈਲਫ ਡਿਸਇਨਫੈਕਟੈਂਟ ਹੈ, ਫਲੋ ਰੇਟ ਜ਼ਿਆਦਾ ਹੈ, ਤੇ ਸਿੰਗਲ ਨੀਡਲ ਦੀ ਆਪਸ਼ਨ ਇਹਦੇ ਚ, ਇਹਦੇ ਵਿੱਚ ਕੁਛ ਐਡਵਾਂਸ ਫੀਚਰ ਨੇ ਇਸਦੇ, ਤੇ ਜਿਹੜੇ ਮਰੀਜ਼ਾਂ ਦੇ ਸਿਹਤ ਸਹੂਲਤਾਂ ਦੇਣ ਦੇ ਵਿੱਚ ਆਪਾਂ ਨੂੰ ਬਹੁਤ ਸਹਾਈ ਹੋਵੇਗੀ, ਤੇ ਮੈਂ ਇਸ ਦੇ ਨਾਲ ਹੀ ਧੰਨਵਾਦ ਕਰਦਾ ਸਾਡੇ ਐਮ ਐਲ ਏ ਸਾਹਿਬ ਦਾ ਤੇ ਕੋਟਕ ਮਹਿੰਦਰਾ ਬੈਂਕ ਵੀ ਦਾ, ਤੇ ਉਹਨਾਂ ਦੇ ਐਫਰਟਸ ਕਰਕੇ ਆਪਾਂ ਲੋਕਾਂ ਦੀ ਸੇਵਾ ਕਰ ਸਕਦੇ। ਅੱਜ ਅਸੀਂ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ ਵਿਖੇ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਡਾਇਲਸਿਸ ਦੀ, ਅਤੇ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਜਿਹੜਾ ਹੋਸਪਿਟਲ ਹੈ 3 ਮਸ਼ੀਨ ਪਹਿਲਾਂ ਚੱਲਦੀਆਂ ਨੇ ਗੌਰਮੈਂਟ ਵੱਲੋਂ, ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਸਾਹਿਬ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਵਿੱਚ ਮੈਂ ਮਹਿਸੂਸ ਕਰ ਰਿਹਾ ਸਾਡੇ ਐਮ ਐਲ ਏ ਸਾਹਿਬ ਲਖਬੀਰ ਸਿੰਘ ਜੀ ਰਾਜ ਜੀ ਦੀ ਰਹਿਨੁਮਾਈ ਦੇ ਅੰਦਰ, ਉਹਨਾਂ ਦੀ ਛਤਰਛਾਹ ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੁੰਦੇ ਨੇ।
ਅੱਜ ਅਸੀਂ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ ਵਿਖੇ ਹਾਂ। ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਡਾਇਲਸਿਸ ਦੀ, ਅਤੇ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਜਿਹੜਾ ਹੋਸਪਿਟਲ ਹੈ, 3 ਮਸ਼ੀਨ ਪਹਿਲਾਂ ਚੱਲਦੇ ਹਨ ਗੌਰਮੈਂਟ ਵੱਲੋਂ, ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ, ਬੈਂਕ ਨੂੰ ਬੇਨਤੀ ਕੀਤੀ ਸੀ। ਅੱਜ ਕੋਟੈਕ ਬੈਂਕ ਵੱਲੋਂ ਵਜ਼ੀਰਾਬਾਦ ਜਿਹੜਾ ਸਾਡਾ ਸਰਪੰਚ ਸਾਹਿਬ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਮਸ਼ੀਨ ਡਾਇਲਸਿਸ ਦੀ ਅੱਜ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ, ਔਰ ਜਿਹੜੀ ਇਹ ਡਾਇਲਸਿਸ ਦੀ ਮਸ਼ੀਨ ਅੱਜ ਇੰਸਟਾਲ ਕੀਤੀ ਗਈ ਹੈ, ਇਹਦੇ ਜਿਹੜੀ ਦੂਜੀਆਂ ਮਸ਼ੀਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਫੀਚਰ ਨੇ, ਉਹ SMO ਸਾਹਿਬ ਦੱਸਣਗੇ। ਔਰ ਅਸੀਂ ਇੱਕ ਹੋਰ ਡਾਇਲਸਿਸ ਦੀ ਮਸ਼ੀਨ ਛੇਤੀ ਇੱਥੇ ਇੰਸਟਾਲ ਕਰਾਂਗੇ। ਸਾਡਾ ਇਹ ਸਾਰਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੋਕਾਂ ਨਾਲ ਵਾਅਦਾ ਕਿ ਸਾਰੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਨੇ, ਫ੍ਰੀ ਦੇਣੀਆਂ ਨੇ। ਕਿਉਂਕਿ ਜੇ ਬਾਹਰ ਕਿਤੇ ਡਾਇਲਸਿਸ ਕਰਾਉਣੇ, ਕੋਈ 15,000, 1500, ਕੋਈ 2,000, ਕੋਈ 2500 ਡਾਇਲਸਿਸ ਇੱਕ ਦਿਨ ਛੱਡ ਕੇ ਕਰਾਉਣਾ ਪੈਂਦਾ। ਇਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੋੜ ਸੀ ਮਸ਼ੀਨਾਂ ਦੀ, ਸੋ ਅਸੀਂ ਕੀ ਕਰਕੇ ਇੱਥੇ ਪੂਰਾ ਕਰਾਂਗੇ। ਔਰ ਅਸੀਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਕਿ ਜਿਹੜੇ ਵਿਸ਼ਵਾਸਾਂ ਨਾਲ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ ਹੈ, ਅਸੀਂ ਤੁਹਾਡੀ ਉਮੀਦਾਂ ਤੇ ਪੂਰਾ ਉਤਰਾਂਗੇ। ਔਰ ਜੋ ਪੰਜਾਬ ਸਰਕਾਰ ਦਾ ਏਜੰਡਾ ਹੈ ਸਿਹਤ ਅਤੇ ਐਜੂਕੇਸ਼ਨ, ਉਹ ਤੇ ਅਸੀਂ ਪੂਰਾ ਕੰਮ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਇੰਪਰੂਵਮੈਂਟ ਦਿਖੂਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦੱਸ। ਇੱਕ ਵੈਂਟੀਲੇਟਰ ਮਸ਼ੀਨਾਂ ਦੀ ਗੱਲ ਹੋਈ ਸੀ ਪਿੱਛੇ ਵੀ, ਉਹ ਕਿਆ ਪੋਜੀਸ਼ਨ ਉਹਨਾਂ ਦੀ, ਕਿੱਥੇ ਪਹੁੰਚੀ? ਜਿਹੜੀ ਵੈਂਟੀਲੇਟਰ ਮਸ਼ੀਨਾਂ ਦੀ, ਉਹਨਾਂ ਨੇ ਕਿਹਾ ਤੱਕ ਸਾਤੋਂ ਲੈ ਜਾਓ, ਪਰ ਆਪਾਂ ਇੱਥੇ ਜਿਹੜਾ ICU ਹੈ ਜਿਹੜਾ, ਉਹ ਛੇਤੀ ਹੋ ਜੂਗਾ। ਮੇਰੀ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹ ਤੋਂ ਬਾਅਦ ਆਪਾਂ ਵੈਂਟੀਲੇਟਰ ਜਿਹੜੀ ਮਸ਼ੀਨ ਉੱਥੇ ਦਿੱਤੀ ਹੈ ਉਹਨਾਂ ਨਾਲ ਗੱਲ ਹੋਊਗੀ, ਇੱਥੇ ਆਪਾਂ ਇੰਸਟਾਲ ਕਰਾਂਗੇ। ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਸਾਹਿਬ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਵਿੱਚ ਮੈਂ ਮਹਿਸੂਸ ਕਰ ਰਿਹਾ, ਸਾਡੇ MLA ਸਾਹਿਬ ਲਖਬੀਰ ਸਿੰਘ ਜੀ ਰਾਏ ਜੀ ਦੀ ਰਹਿਨੁਮਾਈ ਦੇ ਅੰਦਰ, ਉਹਨਾਂ ਦੀ ਛਤਛਾਹ ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੁੰਦੇ ਨੇ। ਅੱਜ ਜਿਹੜੀ ਡਾਇਲਸਿਸ ਦੀ ਮਸ਼ੀਨ ਕੋਟਕ ਮਹਿੰਦਰਾ ਬੈਂਕ ਵੱਲੋਂ ਇੱਥੇ ਡੋਨੇਟ ਕੀਤੀ ਗਈ ਹੈ, ਇਹ ਬਹੁਤ ਹੀ ਐਡਵਾਂਸ ਕਿਸਮ ਦੀ ਮਸ਼ੀਨ ਹੈ, ਜਿਹੜੀ ਕਿ ਸਾਡੇ ਕੋਲ ਪਹਿਲਾਂ ਲੱਗੀਆਂ ਮਸ਼ੀਨਾਂ ਨਾਲ ਕੁਛ ਅਡੀਸ਼ਨਲ ਫੀਚਰ, ਜਿਵੇਂ ਕਿ ਸੈਲਫ ਡਿਸਇਨਫੈਕਟੈਂਟ ਹੈ, ਫਲੋ ਰੇਟ ਜ਼ਿਆਦਾ ਹੈ, ਤੇ ਸਿੰਗਲ ਨੀਡਲ ਦੀ ਆਪਸ਼ਨ, ਇਹਦੇ ਵਿੱਚ ਕੁਛ ਐਡਵਾਂਸ ਫੀਚਰ ਨੇ ਇਸਦੇ, ਤੇ ਜਿਹੜੇ ਮਰੀਜ਼ਾਂ ਦੇ ਸਿਹਤ ਸਹੂਲਤਾਂ ਦੇਣ ਦੇ ਵਿੱਚ ਆਪਾਂ ਨੂੰ ਬਹੁਤ ਸਹਾਈ ਹੋਊਗੀ, ਤੇ ਮੈਂ ਇਸ ਦੇ ਨਾਲ ਹੀ ਧੰਨਵਾਦ ਕਰਦਾ ਸਾਡੇ MLA ਸਾਹਿਬ ਦਾ ਤੇ ਕੋਟਕ ਮਹਿੰਦਰਾ ਬੈਂਕ ਵੀ ਦਾ, ਤੇ ਉਹਨਾਂ ਦੇ ਐਫਰਟਸ ਕਰਕੇ ਆਪਾਂ ਲੋਕਾਂ ਦੀ ਸੇਵਾ ਕਰ ਸਕਦੇ।